ਅੱਜ ਦਾ ਇਹ ਮਹਾਂਪਵਿੱਤਰ ਮਹਾਂਵਾਕ ਵਾਹਿਗੁਰੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਰਾਹੀਂ ਧਨਾਸਰੀ ਰਾਗ ਵਿੱਚ ਦਇਆ ਮਾਇਆ ਕੀਤੀ ਹੈ। ਇਹ ਪਾਵਨ ਪਵਿੱਤਰ ਸ਼ਬਦ ਜੋ ਉਚਾਰਨ ਕੀਤਾ ਸਤਿਗੁਰੂ ਜੀ ਨੇ, ਇਹ ਇਸਦੀ ਉਥਾਨਕਾ ਇਹ ਹੈ ਵੀ ਬਾਲਪੁਰ ਦੇ ਵਿੱਚ ਇੱਕ ਨੂਰਾ ਕੋੜੀ ਸੀ, ਚੰਗੇ ਘਰ ਦਾ ਖਾਂਦਾ ਪੀਂਦਾ, ਵਿਕਾਰਾਂ ਨੇ ਇਹੋ ਜਿਹਾ ਉਹਦੀ ਜ਼ਿੰਦਗੀ ਤਬਾਹ ਕੀਤੀ ਕਿ ਪਿੰਡ ਵਾਲਿਆਂ ਨੇ ਕੋੜੀ ਜਾਣ ਕੇ ਬਾਹਰ ਛੱਪੜੀ ਪਾ ਦਿੱਤੀ ਅਤੇ ਉਸ ਛੱਪੜੀ ਦੇ ਵਿੱਚ ਰਹਿ ਗਿਆ। ਰਹਿੰਦਾ ਸੀ ਪਿੰਡ ਰੱਖੀ ਹੁੰਦੀ ਸੀ ਕੋਲ, ਉਹਦੇ ਵਿੱਚ ਜਿੱਟ ਸਕੇ ਆਉਣਾ ਜਾਣਾ, ਦੂਰੋਂ ਹੀ ਹੱਥ ਮੂੰਹ ਵੇਟ ਕੇ ਰੋਟੀ ਦਾ ਟੁਕੜਾ ਕੁੱਤਿਆਂ ਮਗਰ ਸੁੱਟ ਜਾਣਾ ਅਤੇ ਉਹਨੇ ਸਾਰੀ ਰਾਤ ਕਰਵਾਇਆ ਕਰਨਾ, ਉੱਚੀ ਉੱਚੀ ਰੋਇਆ ਕਰਨਾ। ਉਹਦੀ ਆਵਾਜ਼ ਸੁਣ ਕੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਥੇ ਨੇੜੇ 'ਚ ਲੰਘੇ ਬਾਲਪੁਰ ਦੇ ਕੋਲ, ਰਾਤ ਨੂੰ ਸੁਣਿਆ ਮਰਦਾਨਿਆਂ ਕੌਣ ਰੋਂਦਾ? ਕਹਿੰਦਾ ਸਤਿਗੁਰੂ ਜੀ ਕਿਸੇ ਮਨੁੱਖ ਦੀ ਆਵਾਜ਼ ਹੈ, ਕਹਿੰਦੇ ਦੁਖੀ ਹੈ। ਜਦੋਂ ਗਏ ਸਤਿਗੁਰੂ ਛੱਪੜੀ ਦੇ ਕੋਲ ਕੁੰਡਾ ਪਕਾਇਆ ਜਾ ਕੇ ਅਤੇ ਕਹਿੰਦੇ ਕੋਲ ਕੁੰਡਾ, ਕਹਿੰਦਾ ਇੱਥੇ ਆਦਮੀ ਤਾਂ ਕੋਈ ਆਉਂਦਾ ਨਹੀਂ, ਨਾ ਕੋਈ ਪੰਛੀ ਆਉਂਦਾ, ਮਹਾਰਾਜ ਤੂੰ ਇਸਦਾ ਪਰਮੇਸ਼ਰ ਦਾ ਹੀ ਰੂਪ ਹੋ ਸਕਦਾ। ਕਹਿੰਦੇ ਕੁੰਡਾ ਖੋਲ, ਕੁੰਡਾ ਖੋਲਿਆ, ਠੰਡ ਪੈ ਗਈ ਹਿਰਦੇ ਦੇ ਅੰਦਰ, ਠੰਡ ਪੈ ਗਈ ਹਿਰਦੇ ਦੇ ਅੰਦਰ, ਮਰਦਾਨਿਆਂ ਛੇੜ ਰਵਾਬ ਰਵਾਬ ਛੇੜੀ ਅਤੇ ਸਤਿਗੁਰੂ ਨੇ ਇਹ ਪਾਵਨ ਪਵਿੱਤਰ ਸ਼ਬਦ ਉਸ ਵੇਲੇ ਉਚਾਰਨ ਕੀਤਾ। ਸ਼ਬਦ ਨੂੰ ਸੁਣ ਕੇ ਇਹੋ ਜਿਹੀ ਠੰਡ ਪਈ, ਚਾਨਣ ਹੋ ਗਿਆ ਅਤੇ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕੀਤੀ। ਮਹਾਰਾਜ ਨੇ ਇਹੋ ਜਿਹੀ ਬਾਣੀ ਦੀ ਦਵਾਈ ਦਿੱਤੀ, ਬਾਣੀ ਦਾ ਜਾਪ ਕਰਨ ਲੱਗੇ, ਸਤਿਗੁਰੂ ਦੇ ਦਰਸ਼ਨ ਕਰਨ ਲੱਗੇ ਹੋਣ ਕਰਕੇ ਉਹਦਾ ਕੋੜ ਦਾ ਰੋਗ ਦੂਰ ਹੋਇਆ ਅਤੇ ਉਹ ਸੁਖੀ ਹੋਇਆ। ਉਸ ਤੋਂ ਬਾਅਦ ਉਹਦੀ ਯਾਦ ਬਣਨ ਲੱਗੀ, 47 ਤੋਂ ਬਾਅਦ ਪਹਿਲਾਂ ਯਾਦ ਬਣਨ ਲੱਗੀ, ਗੁਰਦੁਆਰਾ ਉਸ ਸਥਾਨ 'ਤੇ ਬਣਨ ਲੱਗਿਆ। ਜਦੋਂ ਗੁਰਦੁਆਰਾ ਬਣਨ ਲੱਗਿਆ ਉੱਥੇ ਉਹਦੀ ਕਬਰ ਸੀ ਦੂਰੇ ਦੀ, ਅਤੇ ਉਹ ਕਬਰ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਕਬਰ ਹੈ, ਅਕਾਲੀ ਮੂਵਮੈਂਟ ਵੇਲੇ ਉਹਨਾਂ ਨੇ ਕੰਧ ਕੱਢ ਦਿੱਤੀ ਵੀ ਕਬਰ ਇੱਕ ਪਾਸੇ ਹੋ ਜਾਵੇ, ਗੁਰਦੁਆਰਾ ਇੱਕ ਪਾਸੇ ਹੋ ਜਾਵੇ। ਅਤੇ ਰਾਤ ਨੂੰ ਜਦੋਂ ਕੰਧ ਬਣਾਇਆ ਕਰਨ, ਰਾਤ ਨੂੰ ਕੰਧ ਢਹਿ ਰਿਹਾ, ਅਤੇ ਉਹਨਾਂ ਨੇ ਪਹਿਰੇ ਵੀ ਰੱਖ ਕੇ ਦੇਖੇ ਪਰ ਕੰਧ ਸਵੇਰ ਨੂੰ ਢਹਿ ਰਿਹਾ। ਅਤੇ ਉਸ ਵੇਲੇ ਸ਼੍ਰੀਮਾਨ ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਖ ਉਹਨਾਂ ਕੋਲ ਸੰਗਤ ਗਈ ਵੀ ਮਹਾਰਾਜ ਇਹ ਕਲਾ ਵਾਪਰਦੀ ਹੈ, ਪਤਾ ਨਹੀਂ ਕੰਧ ਢਹਿ ਜਾਂਦੀ ਹੈ, ਰਾਤ ਨੂੰ ਪਹਿਰਾਂ ਵੀ ਰੱਖ ਕੇ ਦੇਖਿਆ ਕੰਧ ਨਹੀਂ ਰਹਿੰਦੀ। ਅਤੇ ਉਹਨਾਂ ਨੇ ਮੈਨੂੰ ਸਵੇਰੇ ਆ ਰਾਤ ਨੂੰ ਅਰਦਾਸਾਂ ਕਰਕੇ ਵਾਹਿਗੁਰੂ ਸਤਿਗੁਰੂ ਤੋਂ ਪੁੱਛਿਆ ਅਤੇ ਕਹਿੰਦੇ ਭਾਈ ਨੂਰੇ ਨੂੰ, ਨੂਰੇ ਨੇ ਇਹ ਵਚਨ ਲਿਆ ਹੋਇਆ ਮਹਾਰਾਜ ਦੇ ਵੀ ਮਹਾਰਾਜ ਮੈਨੂੰ ਤੁਹਾਡੇ ਰੋਜ਼ ਦਰਸ਼ਨ, ਮੈਂ ਰੋਜ਼ ਤੁਹਾਡੇ ਦਰਸ਼ਨ ਕਰਾਂ, ਤੁਹਾਡੇ ਦਰਸ਼ਨਾਂ ਬਿਨਾਂ ਮੈਂ ਜਿਉਂ ਨਹੀਂ ਸਕਦਾ। ਅਤੇ ਸਤਿਗੁਰਾਂ ਨੇ ਵਚਨ ਕਰ ਦਿੱਤਾ ਵੀ ਚੰਗਾ ਨੂਰੇ ਤੈਨੂੰ ਦਰਸ਼ਨ ਹੋਣਗੇ। ਤੁਸੀਂ ਕਹਿੰਦੇ ਕੰਧ ਕੱਢਦੇ ਹੋ ਵਿਚਾਲੇ ਅਤੇ ਨੂਰੇ ਨੂੰ ਦਰਸ਼ਨ ਨਹੀਂ ਹੁੰਦੇ, ਨੂਰੇ ਦੀ ਰੂਹ ਇਹ ਕੰਧ ਢਾ ਦਿੰਦੀ ਹੈ, ਇਉਂ ਕਰੋ ਵਿਚਾਲੇ ਨੂੰ ਬਾਰੀ ਰੱਖ ਦਿਓ। ਬਾਰੀ ਰੱਖ ਦਿੱਤੀ, ਸੋ ਸਾਧ ਸੰਗਤ ਉਹ ਜਿਹੜਾ ਸਥਾਨ ਹੈ ਉਹ ਬਣ ਗਿਆ ਉੱਥੇ, ਅਤੇ ਗੁਰੂ ਨੂਰੇ ਦੀ ਕਬਰ ਨੂੰ ਰੋਜ਼ ਦਰਸ਼ਨ ਹੁੰਦੇ। ਅਤੇ ਸਤਿਗੁਰੂ ਜੀ ਨੇ ਦੁਖੀ ਆਦਮੀ ਜਿਹੜਾ ਹੈ ਉਹਦੀ ਜ਼ਿੰਦਗੀ ਬਾਰੇ ਦਰਸਾਇਆ ਹੈ। ਇਹਦੇ ਵਿੱਚ ਸ਼ਬਦ ਆਇਆ ਸਤਿਗੁਰੂ ਦਾ, ਜੈਤਨ ਵਾਣੀ ਵਿਸਰ ਜਾਏ ਜਿਵੇਂ ਪੱਕਾ ਰੋਗੀ ਬਦਲਦਾ ਹੈ। ਪੱਕਾ ਰੋਗ ਕਹਿੰਦੇ ਨੇ ਕੋੜ ਦੇ ਰੋਗ ਨੂੰ, ਜਿਹੜਾ ਕੁਲਾਂ ਤੱਕ ਪੁਸ਼ਤਾਂ ਤੱਕ ਜਾਈ ਜਾਂਦਾ ਇਹ ਮੁੱਕਦਾ ਨਹੀਂ ਹੁੰਦਾ। ਗੁਰੂ ਤੇਗ ਬਹਾਦਰ ਮਹਾਰਾਜ ਵੇਲੇ ਵੀ ਕਾਂਜਲਾ ਸ਼ਹਿਰ ਜਿਵੇਂ ਨਹੀਂ ਪੁੱਲਦਾ ਪਿੰਡ ਸੀ, ਉਸ ਪਿੰਡ ਦੇ ਵਿੱਚ ਕੋੜੀ ਹੋ ਜਾਂਦੇ ਸੀ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਪਿੰਡ ਵਾਲਿਆਂ ਨੇ ਅਰਦਾਸ ਕੀਤੀ, ਮਹਾਰਾਜ ਸਾਡੀ ਪੁੱਲ ਵੀ ਬੰਦ ਹੋ ਗਈ ਅਤੇ
ਜਿਹੜੇ ਨੇ ਰਿਸ਼ਤਾ ਵੀ ਕੋਈ ਇਸ ਨੂੰ ਕਰਦਾ ਨਹੀਂ, ਪਿੰਡ ਦੇ ਮੁੰਡਿਆਂ ਨੂੰ ਕਰਦਾ ਨਹੀਂ ਵੀ ਸਾਡੇ ਉੱਤੇ ਕਿਰਪਾ ਕਰੋ। ਮਹਾਰਾਜ ਨੇ ਕੋਟ ਉਸ ਪਿੰਡ 'ਚੋਂ ਗੁਰੂ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ। ਕੋਟ ਦੇ ਰੋਗ ਨੂੰ ਵੀ ਸਤਿਗੁਰੂ ਦੀ ਬਾਣੀ ਦੂਰ ਕਰਦੀ ਹੈ, ਸਤਿਗੁਰਾਂ ਦੇ ਅੱਗੇ ਨਮਸਕਾਰ ਕੀਤੀ ਏਡਾ ਵੱਡਾ ਰੋਗ ਵੀ ਦੂਰ ਹੋ ਜਾਂਦਾ ਹੈ। ਸੋ ਉਸਦੀ ਅਵਸਥਾ ਸੀ ਜਿਹੜੀ, ਉਹ ਸਤਿਗੁਰੂ ਨੇ ਬਿਆਨ ਕੀਤੀ ਹੈ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ। ਧਨਾਸਰੀ ਆਦਿ ਦੇ ਵਿੱਚ ਆਪ ਜੀ ਨੇ ਵਚਨ ਉਚਾਰਨ ਕੀਤਾ ਹੈ। 661 ਅੰਗ ਉੱਪਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਪਵਿੱਤਰ ਮਹਾਂਵਾਕ ਹੈ, ਸਤਿਗੁਰੂ ਦਾ ਕਥਨ ਹੈ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਮਿਲਦਾ। ਜਿਸ ਤਨ ਦੇ ਅੰਦਰੋਂ ਬਾਣੀ ਭੁੱਲ ਜਾਵੇ, ਜਿਸ ਜੀਵ ਨੂੰ ਸਤਿਗੁਰੂ ਦੀ ਬਾਣੀ ਭੁੱਲ ਜਾਵੇ, ਗੁਰੂ ਭੁੱਲ ਜਾਵੇ, ਸੱਚ ਭੁੱਲ ਜਾਵੇ, ਤਾਂ ਸਤਿਗੁਰੂ ਜੀ ਕਹਿੰਦੇ ਨੇ ਉਹ ਇਵੇਂ ਵਿਲਕਦਾ ਜਿਵੇਂ ਕੋਹੜ ਦਾ ਪੱਕਾ ਰੋਗੀ ਵਿਲਕਦਾ, ਕਿਉਂਕਿ ਰੋਟੀ ਖਾ ਨਹੀਂ ਸਕਦਾ, ਸਰੀਰ ਛਿੱਲਿਆ ਜਾਂਦਾ, ਮੱਖੀਆਂ ਤੰਗ ਕਰਦੀਆਂ ਨੇ, ਦਰਦ ਹੁੰਦਾ, ਚਮੜੀ ਗਲ ਜਾਂਦੀ ਹੈ, ਕੱਪੜਾ ਵੀ ਨਹੀਂ ਪਾ ਸਕਦਾ ਹੈ, ਉਹਦਾ ਹਾਲ ਦੇਖੋ ਕੀ ਹੋਵੇਗਾ। ਇਉਂ ਵਿਲਕਦਾ ਹੈ ਉਹ ਮਨ ਕਰਕੇ ਵੀ ਅਤੇ ਤਨ ਕਰਕੇ ਵੀ ਉਹ ਜੀਵ ਵਿਲਕਦਾ ਹੈ। ਸੋ ਦਇਆ ਕਰਦੇ ਨੇ ਸਤਿਗੁਰੂ ਜੀ, ਜੀਓ ਤਪ ਹੈ ਵਾਰੋ ਵਾਰ, ਜੀਓ ਭਾਵ ਹੈ ਮਨ, ਇੱਥੇ ਮਨ ਵੀ ਤਪ ਤਪ ਤੋਂ ਭਾਵ ਹੈ ਤੱਤਾ, ਤੱਤੇ ਤੋਂ ਭਾਵ ਕੀ ਹੈ ਬਈ ਜ਼ਿੰਦਗੀ ਦੇ ਵਿੱਚ ਇੰਨੇ ਮਨ ਦੇ ਵਿੱਚ ਇੰਨੇ ਰਾਹ ਖੁੱਲ ਜਾਂਦੇ ਨੇ ਉਹਦੇ, ਕਿਸੇ ਰਸਤੇ ਤੋਂ ਵੀ ਉਹਨੂੰ ਸ਼ਾਂਤੀ ਨਹੀਂ ਹੁੰਦੀ, ਉਹ ਮਨਮੁਖ ਬਣ ਜਾਂਦਾ ਨਾ, ਮਨਮੁਖ ਭੂਲੀ ਬਹੁਤੀ ਰਾਹੀਂ, ਜਿਹੜਾ ਮਨਮੁਖ ਹੈ ਉਹ ਬਹੁਤੇ ਰਾਹਾਂ ਦੇ ਵਿੱਚ, ਬਹੁਤੇ ਖਿਆਲ ਉਹਦੇ ਮਨ ਦੇ ਵਿੱਚ ਆਉਂਦੇ ਹੈ, ਇੱਕ ਪਾਸੇ ਤੁਰਦਾ ਸੁੱਖ ਵੀ ਇਹਦੇ ਵਿੱਚੋਂ ਵੀ ਸੁੱਖ ਮਿਲ ਜਾਵੇ, ਦੂਜੇ ਰਾਹ 'ਤੇ ਤੁਰਦਾ, ਦੂਜੇ ਖਿਆਲ ਪਿੱਛੇ ਤੁਰਦਾ, ਉਹਦੇ ਵਿੱਚ ਵੀ ਸੁੱਖ ਨਹੀਂ ਮਿਲਦਾ। ਸੋ ਬਹੁਤੇ ਰਾਹਾਂ ਦੇ ਵਿੱਚ ਤੁਰ ਕੇ ਉਹ ਮਨਮੁਖ ਭੂਲੀ ਬਹੁਤੀ ਰਾਹੀਂ, ਅਤੇ ਅੱਗੇ ਨਤੀਜਾ ਦੱਸਿਆ ਮਹਾਰਾਜ ਨੇ, ਫਾਥੀ ਮਾਇਆ ਫੰਦੇ, ਫੰਦਾ ਕਹਿੰਦੇ ਨੇ ਮੌਤ ਦਾ ਜਿਹੜਾ ਰੱਸਾ ਗਲ ਦੇ ਵਿੱਚ ਪਾਇਆ ਹੁੰਦਾ। ਜਿਹੜਾ ਮਨਮੁਖ ਆ ਉਹਦੀ ਇਹ ਨਿਸ਼ਾਨੀ ਦੱਸੀ ਹੈ, ਮਨਮੁਖ ਕੌਣ ਹੁੰਦਾ ਹੈ ਵੀ ਬਹੁਤੇ ਰਸਤਿਆਂ 'ਤੇ ਤੁਰ ਪੈਂਦਾ, ਬਹੁਤੇ ਖਿਆਲ ਉਹਦੇ ਮਨ ਵਿੱਚ ਪੈਦਾ ਹੁੰਦੇ ਨੇ, ਉਹਨਾਂ ਨੂੰ ਉਹ ਕਮਾਉਂਦਾ ਕਮਾਉਂਦਾ ਗਲ ਦੇ ਵਿੱਚ ਫਾਹਾ ਪਾ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹਿੰਦਾ ਹੈ। ਸੋ ਇਸ ਕਰਕੇ ਉਹਦਾ ਜੀਓ, ਉਹਦਾ ਮਨ ਤਪਦਾ ਰਹਿੰਦਾ ਹੈ, ਬਹੁਤੇ ਖਿਆਲ ਮਨ ਦੇ ਵਿੱਚ ਪੈਂਦੇ ਨੇ, ਬਹੁਤੇ ਰਾਹਾਂ 'ਤੇ ਤੁਰਨ ਕਰਕੇ ਵੀ ਮੈਨੂੰ ਸੁੱਖ ਇੱਧਰੋਂ ਵੀ ਮਿਲ ਜਾਵੇ, ਇੱਧਰੋਂ ਵੀ ਮਿਲ ਜਾਵੇ, ਸੁੱਖ ਕਿਸੇ ਪਾਸਿਓਂ ਵੀ ਨਹੀਂ ਮਿਲਦਾ। ਸੋ ਸੁੱਖ ਦੇ ਰਾਹ ਨੇ ਜਿਹੜੇ ਉਹ ਉਹਦੇ ਖਾਤਰ ਫੰਦੇ ਬਣ ਜਾਂਦੇ ਨੇ, ਉਹਦੀ ਮੌਤ ਦਾ ਕਾਰਨ ਬਣ ਜਾਂਦੇ ਨੇ। ਸੋ ਇਸ ਕਰਕੇ ਦਇਆ ਕਰਦਾ ਗੁਰਦੇਵ, ਤਪ ਤਪ ਖਬੈ ਬਹੁਤ ਬੇਕਾਰ, ਤਪ ਤਪ ਕੇ ਮਨ ਸੜ ਜਾਂਦਾ ਹੈ, ਸੜਿਆ ਹੋਇਆ ਮਨ ਹੈ ਜਿਹੜਾ, ਖਪਦਾ ਹੈ, ਬਹੁਤ ਬੇਕਾਰ, ਬੇਕਾਰ ਦੇ ਕੰਮ ਕਾਰ ਦਾ ਭਾਵ ਹੈ, ਕੰਮ ਬੇਕਾਰ ਤੋਂ ਭਾਵ ਹੈ ਦੂਜਾ ਉਹ ਕੰਮ ਜਿਹਨਾਂ ਦੇ ਵਿੱਚ ਲਾਹਾ ਕੋਈ ਹੋਵੇ ਹੀ ਨਾ, ਜਿਹਨਾਂ 'ਚ ਕੋਈ ਫਾਇਦਾ ਨਾ ਹੋਵੇ, ਇਹੋ ਜਿਹੇ ਕੰਮ ਇਹੋ ਜਿਹਾ ਮਨਮੁਖ ਜੀਵ ਕਰਦਾ ਹੈ, ਮਨ ਵੀ ਤਪਦਾ ਹੈ, ਤਨ ਵੀ ਤਪਦਾ ਹੈ, ਜੈ ਤਨ ਬਾਣੀ ਵਿਸਰ ਜਾਏ। ਨਤੀਜਾ ਦੱਸਦੇ ਨੇ ਸਤਿਗੁਰੂ ਜੀ, ਜਿਹੜੇ ਤਨ ਦੇ ਵਿੱਚੋਂ ਬਾਣੀ ਭੁੱਲ ਗਈ, ਜਿਹੜੇ ਸਰੀਰ ਦੇ ਵਿੱਚੋਂ ਬਾਣੀ ਵਿਸਰ ਗਈ, ਉਹਦਾ ਹਾਲ ਇਹ ਹੋਵੇਗਾ, ਮਨ ਵੀ ਤਪੇਗਾ, ਤਨ ਵੀ ਤਪੇਗਾ, ਅਤੇ ਪੱਕੇ ਕੋਹੜੀ ਦੇ ਕੋਹੜ ਦੇ ਰੋਗੀ ਵਾਂਗ ਉਹ ਬਿਲਕੇਗਾ। ਬਹੁਤਾ ਬੋਲਣ ਚੱਖਣ ਹੋਏ, ਬਿਣ ਬੋਲੇ ਜਾਣਾ ਸਭ ਸੋਏ। ਬਹੁਤਾ ਬੋਲਣ ਦਾ ਕੀ ਫਾਇਦਾ ਹੈ? ਸਤਿਗੁਰੂ ਜੀ ਕਹਿੰਦੇ ਨੇ ਬਿਣ ਬੋਲੇ ਜਾਣਾ ਸਭ ਸੋਏ। ਜਿਹਨੇ ਸਾਨੂੰ ਪੈਦਾ ਕੀਤਾ ਹੈ, ਜਿਹਨੇ ਇਹ ਸਰੀਰ ਬਣਾਇਆ ਹੈ, ਉਹ ਸਰੀਰ ਬਣਾ ਕੇ ਸਰੀਰ ਦੇ ਵਿੱਚ ਹੀ ਬੈਠਾ, ਬੋਲਣ ਦੀ ਲੋੜ ਹੀ ਨਹੀਂ, ਬਿਨਾਂ ਬੋਲਿਆ ਹੀ ਉਹ ਸਭ ਕੁਝ ਜਾਣਦਾ, ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਕੀ ਆਗਿਆ ਕੀਚੈ ਅਰਦਾਸ, ਬਿਨਾਂ ਬੋਲਿਆ ਹੀ ਉਹ ਸਭ ਕੁਛ ਜਾਣਦਾ ਹੈ, ਬਹੁਤਾ ਬੋਲਣ ਦਾ ਫਾਇਦਾ ਹੀ ਕੋਈ। ਸੋ ਅੱਗੇ ਦਇਆ ਕਰਦੇ ਨੇ ਸਤਿਗੁਰੂ ਜੀ, ਹੁਣ ਸਮਝਾਉਂਦੇ ਹਨ, ਮਹਾਰਾਜ ਡਰ ਲੱਗਦਾ ਹੈ ਇਹੋ ਜਿਹੀ ਜ਼ਿੰਦਗੀ ਜੇ ਬਾਣੀ ਭੁੱਲ ਸਾਰੇ ਭੁੱਲ ਜਾਂਦੇ, ਅਸੀਂ ਤਾਂ ਥੋੜ੍ਹਾ ਸਮਾਂ ਯਾਦ ਕਰਦੇ, ਸਾਡਾ ਕੋਈ ਕਲਿਆਣ। ਅਤੇ ਸਤਿਗੁਰੂ ਜੀ ਅੱਗੇ ਦਇਆ ਕਰਦੇ ਨੇ, ਜਿਨ ਕੀ ਜਿਨ ਕਰਨ ਕੀਤੇ ਅੱਖੀ ਨਾਲ,
ਜਿਹਨੇ ਤੇਰੇ ਕੰਨ ਪੈਦਾ ਕੀਤੇ ਨੇ ਸੁਣਦਾ, ਜਿਹਦੇ ਕਰਕੇ ਤੈਨੂੰ ਕੰਨਾਂ 'ਚ ਸੁਰਤ ਪਾਈ ਹੈ, ਅੱਖਾਂ ਪੈਦਾ ਕੀਤੀਆਂ ਜਿਹਦੇ ਕਰਕੇ ਤੈਨੂੰ ਨੀਂਦ ਆ ਗਿਆ, ਨੱਕ ਲਾਇਆ ਚੰਗਾ ਮੰਦਾ ਖਾਣਾ, ਸੁੰਘ ਕੇ ਪਰੇ ਹੋ ਜਾਣਾ ਬਦਬੋ ਆਉਂਦੀ ਹੈ, ਕੱਪੜਾ ਲਾ ਲੈਣਾ ਮੂੰਹ ਦੇ ਉੱਤੇ ਖੁਸ਼ਬੋ ਆਉਂਦੀ ਹੈ, ਖੁਸ਼ ਹੋ ਜਾਂਦਾ ਹੈ, ਜਿਹਨੇ ਤੈਨੂੰ ਇੰਦਰੀਆਂ ਦਿੱਤੀਆਂ, ਜਿਹਨੂੰ ਜਿਹਵਾ ਦਿੱਤੀ, ਜਿਹਨੇ ਤੈਨੂੰ ਜੀਵ ਦਿੱਤੀ ਹੈ, ਬੋਲੇ ਤਾਤ, ਤਾਤ ਤੋਂ ਭਾਵ ਹੈ ਛੇਤੀ ਛੇਤੀ ਬੋਲਣਾ, ਤੇਜ਼ ਵੀ ਬੋਲ ਸਕਦਾ ਹੋਰ ਵੀ ਬੋਲ ਸਕਦਾ ਹੈ, ਜਿਨ ਮਨ ਰੱਖਿਆ ਅਗਨੀ ਪਾਜ, ਹੇ ਮਨ ਜਿਹੜੇ ਵਾਹਿਗੁਰੂ ਨੇ ਤੈਨੂੰ ਮਾਤਾ ਦੇ ਉਦਰ ਵਿੱਚ ਜਠਰ ਅਗਨੀ ਦੇ ਵਿੱਚ ਰੱਖਿਆ ਹੈ, ਉਸ ਅਗਨੀ ਨੇ ਤੈਨੂੰ ਸਾੜਿਆ ਨਹੀਂ। ਸ਼ੁਕਰ ਕਰ ਉਸ ਵਾਹਿਗੁਰੂ ਦਾ, ਜੇ ਸੇਕ ਲੱਗ ਜਾਂਦਾ ਹੈ, ਗਰਭ ਦੇ ਵਿੱਚ ਬੱਚੇ ਮਰ ਜਾਂਦੇ ਹਨ, ਸਿਰੇ ਨਹੀਂ ਚੜ੍ਹਦੇ, ਉਸ ਅਗਨੀ ਦੇ ਵਿੱਚ ਤੈਨੂੰ ਰੱਖਿਆ ਹੈ। ਵਾਜਾ ਪਵਣ ਅੱਖ ਹੈ ਸਭ ਜਾਲੇ, ਸੋ ਪਾਉਣ ਦਾ ਵਾਜਾ ਵਜਾਇਆ ਹੈ, ਸਾਰੇ ਹੀ ਉਸਦਾ ਵਾਜਾ ਵੱਜਦਾ ਹੈ, ਸਾਰਿਆਂ ਦੇ ਹਿਰਦੇ ਅੰਦਰ ਵਾਜਾ ਵੱਜਦਾ ਹੈ। ਜੇਤਾ ਮੋਹ ਪ੍ਰੀਤ ਸਵਾਲ ਸਭਾ ਕਾਲਕ ਦਾਦਾ ਦਾ, ਜਿੰਨਾ ਮਨੁੱਖ ਪ੍ਰੀਤ ਕਰਦਾ ਹੈ ਕਿਸੇ ਚੀਜ਼ ਨੂੰ, ਸਵਾਦਾਂ ਦੇ ਪਿੱਛੇ ਫਿਰਦਾ ਹੈ, ਮੋਹ ਦੇ ਪਿੱਛੇ ਲੱਗ ਕੇ ਪ੍ਰੀਤ ਕਰਦਾ ਕਿਸੇ ਚੀਜ਼ ਦੇ ਨਾਲ, ਸਵਾਦਾਂ ਦੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਬਰਬਾਦ ਕਰਦਾ ਹੈ, ਇਹ ਇੱਕ ਤਾਂ ਸਰੀਰ ਮਨੁੱਖ ਦਾ ਜਿਹੜਾ ਉਹ ਬਰਬਾਦ ਹੁੰਦਾ, ਸਰੀਰ ਦੇ ਅੰਦਰ ਰੋਗ ਲੱਗਦੇ ਨੇ, ਦੂਜਾ ਸਭਾ ਕਾਲਕ ਦਾਗਾ ਦਾ, ਦਾਗ ਲੱਗ ਲੱਗ ਕੇ ਮਨੁੱਖ ਦੀ ਆਤਮਾ ਹੈ ਜਿਹੜੀ ਉਹ ਮਲੀਨ ਹੋ ਜਾਂਦੀ ਹੈ, ਪਰਦੇ ਪੈ ਜਾਂਦੇ ਨੇ ਮਨੁੱਖ ਦੀ ਆਤਮਾ 'ਤੇ ਕਾਲਕ ਲੱਗ ਲੱਗ ਕੇ। ਸੋ ਜਿੰਨੇ ਅਸੀਂ ਕਰਮ ਕਰਦੇ ਹਾਂ, ਕਰਮ ਕਰਨ ਨਾਲ ਇੱਕ ਤਾਂ ਸਰੀਰ ਨੂੰ ਸੁੱਖ ਔਰ ਦੁੱਖ ਮਿਲਦਾ, ਦੂਜਾ ਮਨ ਪਰੇਸ਼ਾਨ ਰਹਿੰਦਾ ਹੈ, ਤੀਜਾ ਇੱਕ ਪਰਦਾ ਹੈ ਜਿਹੜਾ ਜਿਹਨੂੰ ਆਪਾਂ ਜਿਹਨੂੰ ਧਰਮ ਗ੍ਰੰਥਾਂ ਦੇ ਵਿੱਚ ਲਿਖਿਆ ਵੀ ਚਿਤਰਗੁਪਤ ਦੇ ਪਰਦੇ ਨੇ, ਚਿਤਰਗੁਪਤ ਦਾ ਲੇਖਾ ਹੈ ਜਿਹੜਾ, ਉਹ ਜਿਹੜੀ ਰੀਲ ਹੈ ਉਹਦੇ 'ਤੇ ਦਾਗ ਲੱਗਦੇ ਹਨ, ਪਾਪਾਂ ਦੇ ਦਾਗ ਲੱਗਦੇ ਹਨ, ਸਭਾ ਕਾਲਕ ਦਾਗਾ ਦਾਗ, ਉਹ ਦਾਗ ਅੰਦਰ ਮਨ ਦੇ ਅੰਦਰ ਲੱਗਦੇ ਹਨ, ਦਾਗ ਦੋਸ ਮੋਹ ਚੱਲਿਆ ਦਾ ਹੈ, ਉਹਨਾਂ ਨੂੰ ਮਿਟੇ ਨਹੀਂ ਸਕਦਾ। ਇੱਥੇ ਤਾਂ ਜੇ ਕਿਸੇ ਨੇ ਦਾਗ ਲੱਗੇ ਨੇ ਨਾ, ਆਪਾਂ ਕਿਸੇ ਦਾ ਮਨ ਖੋਲ੍ਹ ਕੇ ਦੇਖ ਨਹੀਂ ਸਕਦੇ, ਪਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸਰੀਰ ਦਾ ਪਰਦਾ ਤਾਂ ਲਾਹ ਦਿੱਤਾ ਜਾਂਦਾ, ਉੱਥੇ ਤਾਂ ਜਿਹੋ ਜਿਹੇ ਅਸੀਂ ਹਾਂ ਉਹੀ ਕੁਛ ਸਾਹਮਣੇ ਆਉਣਾ ਹੈ, ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕੋਈ ਪਰਦਾ ਨਹੀਂ ਰੱਖ ਸਕਦਾ। ਸੋ ਦਾਗ ਦੋਸ ਮੂੰਹ ਚੱਲਿਆ ਲਾ ਹੈ, ਮੂੰਹ ਦੇ ਉੱਤੇ ਦਾਗ ਲਾ ਕੇ ਮਨ ਦਾ ਪਰਦਾ ਹੈ, ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪੇਸ਼ ਹੋਵੇਗਾ, ਦਰਗ ਹੈ ਬੈਸਣ ਨਾਹੀਂ ਜਾਏ। ਜਿਹੜਾ ਗੰਦੇ ਦਾਗਾਂ ਵਾਲਾ, ਗੰਦੇ ਕੱਪੜੇ ਵਾਲਾ, ਮਨ ਦਾ ਕੱਪੜਾ ਗੰਦਾ, ਦਾਗੀ ਹੈ ਜਿਸਦਾ, ਹਜ਼ੂਰ ਦਇਆ ਕਰਦੇ ਨੇ, ਦਰਗਾਹ ਦੇ ਵਿੱਚ ਬੈਸਣ ਦੀ ਥਾਂ ਹੀ ਹੋਣੀ। ਜਿਤਨੇ ਨਰ ਕਿਸੇ ਮਨਮੁਖ ਭੋਗ ਹੈ, ਗੁਰਮੁਖ ਲੇਪ ਨਾ ਮਾਸਾ ਹੈ। ਜਿਹੜੇ ਮੂੰਹ ਜੋਰ ਨੇ ਨਾ, ਮਨ ਆਈਆਂ ਕਰਦੇ ਨੇ ਵੀ ਸਾਨੂੰ ਕੋਈ ਪੁੱਛਣ ਵਾਲਾ ਨਹੀਂ, ਜਿੰਨੇ 84 ਨਰਕ ਨੇ, 84 ਨਰਕਾਂ ਦੇ ਵਿੱਚ ਹਰੇਕ ਥਾਂ ਦੇ ਉੱਤੇ ਮਨਮੁਖ ਨੂੰ ਜਾਣਾ ਪੈਂਦਾ, ਹਰੇਕ ਦੁੱਖ ਭੋਗਣਾ ਪੈਂਦਾ, ਪਰ ਗੁਰਮੁਖ ਲੇਪ ਨਾ ਮਾਸਾ ਹੈ, ਗੁਰਮੁਖ ਹੈ ਜਿਹੜਾ, ਉਹਨੂੰ ਲੇਪ ਨਹੀਂ ਲੱਗਦਾ, ਉਹਦੇ ਨੇੜੇ ਤੱਤੀ ਹਵਾ ਵੀ ਲੱਗਦੀ ਨਰਕ ਦੀ। ਸੋ ਇਸ ਕਰਕੇ ਦਇਆ ਕਰਦੇ ਨੇ, ਦਰਗ ਹੈ ਵੈਸਣ ਨਾ ਹੀ ਜਾਏ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਿਹਰਾ ਕਰਦੇ ਨੇ ਕਿ ਦਰਗਾਹ ਦੇ ਵਿੱਚ ਬੈਠਣ ਦੀ ਥਾਂ ਹੀ ਮਿਲੇਗੀ, ਮਿਲੇਗੀ ਉਸ ਬੰਦੇ ਨੂੰ ਜਿਹਨੇ ਇੰਨੇ ਦਾਗ ਲਾ ਲਿਆ ਆਪਣੀ ਆਤਮਾ ਦੇ ਉੱਤੇ। ਕਰਮ ਮੇਰਾ ਆਖਣ ਤੇਰਾ ਨਾਮ, ਕਰਮ ਤੋਂ ਭਾਵ ਹੈ ਬਖਸ਼ਿਸ਼, ਬਖਸ਼ਿਸ਼ ਹੋਵੇ ਤਾਂ ਤੇਰਾ ਨਾਮ ਵਾਹਿਗੁਰੂ ਦਾ, ਹੇ ਵਾਹਿਗੁਰੂ ਤੇਰਾ ਨਾਮ ਜੀਵ ਨੂੰ ਜਪਣ ਨੂੰ ਮਿਲਦਾ। ਗੁਰਦੁਆਰੇ ਆਉਣਾ, ਬਾਣੀ ਸੁਣਨੀ, ਬਾਣੀ ਪੜ੍ਹਨੀ, ਘਰ ਜਾ ਕੇ ਪਾਠ ਕਰ ਲੈਣਾ, ਸੇਵਾ ਕਰ ਲੈਣੀ, ਇਹ ਬਖਸ਼ਿਸ਼ ਦੀ ਨਿਸ਼ਾਨੀ ਹੈ। ਜਿਹਦੇ ਉੱਤੇ ਬਖਸ਼ਿਸ਼ ਹੋਵੇ ਉਹਨੂੰ ਇਹ ਦਾਤਾਂ ਮਿਲਦੀਆਂ। ਜਿਤਲਕ ਤਰਨਾ ਹੋਰ ਨਹੀਂ ਥਾਓ, ਹੋਰ ਕੋਈ ਥਾਂ ਹੈ ਨਹੀਂ, ਹੋਰ ਕੋਈ ਢੰਗ ਹੈ ਨਹੀਂ ਜਿਹਦੇ ਨਾਲ ਮਨੁੱਖ ਆਪਣੇ ਆਪੇ ਨੂੰ ਬਚਾ ਸਕੇ। ਜੇ ਕੋ ਡੁੱਬੈ ਫਿਰ ਹੋਵੇ ਸਾਰ। ਸੋ ਇੱਥੇ ਡਰਿਆ ਹੋਇਆ ਸਿੱਖ ਹੈ ਜਿਹੜਾ, ਉਹ ਅਰਦਾਸ ਕਰਦਾ ਹੈ, ਮਹਾਰਾਜ ਜਿਹੜੇ ਅਸੀਂ ਡੁੱਬੇ ਹੋਏ ਹਾਂ, ਪਾਪਾਂ ਨੇ ਗਾਲ ਦਿੱਤਾ ਹੈ ਸਾਨੂੰ, ਕੋਈ ਸਾਡਾ ਕੋਈ ਇਲਾਜ ਹੋ ਸਕਦਾ, ਅਸੀਂ ਬਚ ਸਕਦੇ ਹਾਂ,
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਰਸਦੇ ਘਰ ਆਏ ਹੋਏ ਦਇਆ ਕਰਦੇ ਨੇ। ਜੇ ਕੋਈ ਡੁੱਬੈ, ਜੇ ਕੋਈ ਵਿਕਾਰਾਂ ਨੇ ਖਾ ਲਿਆ ਹੈ, ਜੇ ਕੋਈ ਡੁੱਬ ਗਿਆ ਹੈ ਪਾਪਾਂ ਦੇ ਵਿੱਚ, ਜੇ ਉਹ ਵੀ ਵਾਹਿਗੁਰੂ ਨੂੰ ਯਾਦ ਕਰਦਾ ਫਿਰ ਹੋਵੇ ਸਾਰ, ਉਹਦੇ ਵੀ ਸਾਰ ਪੁੱਛਦਾ ਹੈ। ਭਇਆ ਮਨੋਰ, ਗੁਰੂ ਸਾਹਿਬ ਜੀ ਦੇ ਬਚਨ, ਭਇਆ ਮਨੋਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਸੁਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤਾਂ ਨਾਨਕ ਤ੍ਰਿਸ਼ਟ ਦੇ। ਮਨੂਰ ਕਹਿੰਦੇ ਨੇ ਜਿਹੜੇ ਲੋਹੇ ਨੂੰ ਜੰਗ ਲੱਗ ਜਾਵੇ, ਜੰਗ ਕਰਕੇ ਗਲ ਜਾਵੇ ਨਾ, ਉਹ ਭੁਰ ਭੁਰਭੁਰਾ ਬਣ ਜਾਂਦਾ ਹੈ, ਲੋਹਾ ਗਲ ਜਾਂਦਾ ਹੈ। ਜੇ ਇਹੋ ਜਿਹਾ ਮਨੁੱਖ ਹੈ ਜਿਹੜਾ ਲੋਹੇ ਵਾਂਗਣ ਜਲ ਖਾਧਾ ਹੋਇਆ, ਜਿਹਦੀ ਜ਼ਿੰਦਗੀ ਗਲ ਚੁੱਕੀ ਹੈ, ਜਿਵੇਂ ਜੇ ਉਹਨੂੰ ਗੁਰੂ ਨੂੰ ਆਵਾਜ਼ ਮਾਰ ਦੇਵੇ ਨਾ, ਜੇ ਗੁਰੂ ਮਿਲੇ ਤਨੇਹਾ, ਤਾਂ ਸਤਿਗੁਰੂ ਜੀ ਕਹਿੰਦੇ ਨੇ ਏਕ ਨਾਮ ਅੰਮ੍ਰਿਤ ਉਹ ਦੇਵੈ। ਨਾਮ ਅੰਮ੍ਰਿਤ ਦੇ ਅੰਦਰ ਇੰਨਾ ਬਲ ਹੈ ਐਸਾ, ਜੇ ਗੁਰੂ ਤਰੁੱਟ ਪਵੇ ਤਾਂ ਨਾਮ ਦਾ ਅੰਮ੍ਰਿਤ ਦੇ ਦਿੰਦਾ ਤਾਂ ਨਾਨਕ ਤ੍ਰਿਸ਼ਟ ਦੇ ਗਿਆ, ਸੋਨੇ ਵਰਗੀ ਦੇਹ ਬਣਾ ਦਿੰਦਾ। ਸੋ ਇਸ ਕਰਕੇ ਦਇਆ ਕਰਦੇ ਨੇ, ਜੇ ਕੋਈ ਡੁੱਬਾ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬਦਾਤਾ, ਉਹ ਜਿਹੜਾ ਦਾਤਾ ਹੈ ਸਾਰਿਆਂ ਨੂੰ ਬਖਸ਼ਣ ਵਾਲਾ ਹੈ। ਕੋਈ ਵੀ ਮਨੁੱਖ ਜਿਹੜਾ ਉਹਦੀ ਸ਼ਰਨ ਆ ਗਿਆ, ਜਿਹਨੇ ਆਵਾਜ਼ ਮਾਰ ਦਿੱਤੀ, ਤੇ ਉਹਦੇ ਲਈ ਉਹ ਰਾਖੀ ਕਰਨ ਵਾਲਾ ਹੈ। ਸੋ ਸਤਿਗੁਰੂ ਮੇਰਾ ਕਰ, ਗੁਰੂ ਨਾਨਕ ਸਾਹਿਬ ਜਗਤ ਗੁਰੂ ਪਾਤਸ਼ਾਹ ਜੀ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਤੇ ਤਰਸ ਵੀ ਕੀਤਾ ਹੈ ਸੰਸਾਰ ਦੇ ਉੱਤੇ। ਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀ ਦੀ ਨਿਵਾਜ, ਸਾਰੇ ਹੀ ਆਪਦੇ ਤਰਸ ਦੇ ਪਾਤਰ ਹਨ। ਕਿਰਪਾ ਕਰਨੀ ਇਹ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦੇ ਅੰਦਰ ਵਸ ਜਾਵੇ, ਇਸ ਉਪਦੇਸ਼ ਨੂੰ ਕਮਾਉਣ ਲਈ ਆਪ ਜੀ ਨੂੰ ਦਇਆ ਮਿਲ ਕਰਨੀ, ਬੰਦਤ ਬਖਸ਼ਣੀ, ਦਰਸ਼ਨ ਬਖਸ਼ਦੇ ਰਹਿਣਾ ਤੇ ਦਾਤਾਂ ਦੀ ਹਾਜ਼ਰੀਆਂ ਪ੍ਰਵਾਨ ਕਰਨੀਆਂ, ਫੁੱਲਾਂ ਦਰਦੀਆਂ ਦੀ ਸੇਵਾ ਬਖਸ਼ਣੀ। ਆਓ ਕਦੇ ਪਲਾਬੀ ਗੁਰੂ ਚਰਨਾਂ ਦਾ ਆਸਰਾ ਮੰਗੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਿਨਾਮ।